ਹਰਾ ਜਲੀਲ ਮੂ ਜਣੇ ਵਾਸਤੇ ਮੋਟਾ ਇਹ ਉੱਤੇ ਪਿੱਛੇ ਲੰਮਾ ਪਿਆ ਹੈ ਚੌਧਰੀ ਸੌਖੇ ਹੀ ਕੰਮ ਇੰਟਰੋ ਤੁਸੀਂ ਵੇਖਿਆ ਹੈ ਹੁਣ ਵੀਡੀਓ ਦਾ ਬਕਾਇਦਾ ਆਗਾਜ਼ ਕਰਦੇ ਹਾਂ ਯਾਦ ਰੱਖੋ ਡੰਕੀਆਂ ਵੀ ਬੜੀਆਂ ਨਾ ਅਜੀਬ ਅਜੀਬ ਡੰਕੀਆਂ ਬੰਦੇ ਮਾਰਾਂਦੇ ਨੇ ਸਮਝ ਆਉਂਦੀ ਪਈ ਸਾਰੀ ਬਾਈ ਰੋਡ ਡੰਕੀ ਹੁੰਦੀ ਸਾਰੀ ਬਾਈ ਗੱਡੀ ਡੰਕੀ ਵੇਂਦੀ ਬਤੌਰ ਤੇ ਗੱਡੀ ਤੇ ਲੈ ਕੇ ਰਹਿਣਾ ਇੱਕ ਡੰਕੀ ਹੁੰਦੀ ਪੀਸੀ ਪਾਸਪੋਰਟ ਦੀ ਡੰਕੀ ਜਿਸ ਬੰਦੇ ਦਾ ਹੱਥ ਪਾਉਂਦਾ ਜਦੋਂ ਕੁਲ ਮਾਲ ਇੱਕ ਪੀਸੀ ਪਾਸਪੋਰਟ ਤੇ ਵੀ ਡੰਕੀ ਲੱਗਦੀ ਉਹ ਡੰਕੀ ਇੰਜ ਹੁੰਦੀ ਥੋੜੀ ਲੰਮੀ ਜ਼ਰੂਰ ਹੋਵਣੀ ਪਰ ਹੌਸਲੇ ਨਾਲ ਸੁਣਨੀ ਪੂਰੀ ਵੀਡੀਓ ਜ਼ਰੂਰ ਵੇਖਣੀ ਇਹਦੇ ਤੁਹਾਡਾ ਆਪਣਾ ਫਾਇਦਾ ਇੱਥੇ ਤੁਹਾਨੂੰ ਮੈਂ ਦੱਸਣਾ ਕਿ ਡੰਕੀ ਕਿਹੜੇ ਮੁਲਕ ਦੀ ਮਾਰਨੀ ਚਾਹੀਦੀ ਜਿਹੜੇ ਬੰਦੇ ਯੂਰਪ ਜਾਣਾ ਚਾਹੁੰਦੇ ਬਿਸਮਿਲਲਾ ਰਹਿਮਾਨ ਰਹਿੀਮ ਅਸਲਾਮ ਵਾਲੇਕਮ ਮੇਰਾ ਨਾਮ ਖੁਰਮਸੁਲਾ ਤੁਸੀਂ ਵੇਦੇ ਤੁਹਾਡਾ ਆਪਣਾ YouTube ਚੈਨਲ ਪੰਜਾਬੀ ਚੈਨਲ ਪੰਜਾਬ ਵਾਸਤੇ ਚੈਨਲ ਪੰਜਾਬ ਦੇ ਲੋਕਾਂ ਵਾਸਤੇ ਚੈਨਲ ਤੇ ਪੰਜਾਬੀ ਅਗਾ ਲਿਆਉਣ ਵਾਸਤੇ ਚੈਨਲ ਜਿਹੜਾ ਵੀ ਮੇਰੇ ਚੈਨਲ ਤੇ ਨਵੇਂ ਆਇਓ ਭੁਲਿਆ ਨਹੀਂ ਬਸ ਤੁਸੀਂ ਵੀਡੀਓ ਪੂਰੀ ਵੇਖੀ ਭਾਵੇਂ ਅੱਧੀ ਵੇਖੀ ਭਾਵੇਂ ਅੱਦੇ ਮਿੰਟ ਦੀ ਵੇਖੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਤੁਹਾਡੀ ਸਪੋਰਟ ਹੋਣੀ ਮੈਨ ਨਾਲ ਉਹਨਾਂ ਮੈਂ ਤਾਂ ਛੋਟੇ ਜਿਹੇ ਕਲਿੱਪ ਖਾਣ ਲਗਾ ਕੁਝ ਮੇਰੀਆਂ ਤਸਵੀਰਾਂ ਜਿਹੜੀਆਂ ਮੇਰੀਆਂ ਤੁਰਕੀ ਦੀਆਂ ਤਸਵੀਰਾਂ ਮੈਂ ਤਾਂ ਖਾਣ ਲਗਾ ਕਿ ਜਦੋਂ ਮੈਂ ਜਿਸ ਬਾਰੇ ਗੱਲ ਕਰਨ ਲੱਗਾ ਨਾ ਉਹਦੇ ਬਾਰੇ ਤੁਹਾਨੂੰ ਵੀ ਪਤਾ ਹੋਣਾ ਜ਼ਰੂਰੀ ਹੈ ਕਿ ਗੱਲ ਪੱਕਾ ਦਾ ਇਹ ਉੱਥੇ ਤੱਕ ਗਿਆ ਵੀ ਹੈ ਕਿ ਨਹੀਂ ਇੰਜ ਠੁੱਲੇ ਪੇ ਮਾਰ

तो वेख लिया अज मैं तो ना करनी है कि पाकिस्तान तो यूरोप की तो डंकी कि लानी पाकिस्तान तो यूरोप की डंकी का सही तरीका कड़ा है क्या पाकिस्तान तो यूरोप की डंकी लानी चाहिए आज के हालात कैसे पाकिस्तान तो तुर्की तुर्की तो यूरोप बहन देख होर अगला लाए अमल वेखिए मतलब के सही तरीका वे कि बंदे तरीका अपना रहे यूरोप बहन दे सारिया गल् मैं तो दस जो बंद यूरोप बहन के ख्वाहिशमानीडियो उन्होंने दे ਔਰ ਸਹੀ ਤਰੀਕੇ ਨਾਲ ਯੂਰਪ ਜਾਣ ਦਾ ਤਰੀਕਾ ਤੁਹਾਨੂੰ ਦੱਸਾਂਗੇ। ਲਓ ਜੀ ਸਭ ਤੋਂ ਪਹਿਲੇ ਜਿਹੜੇ ਬੰਦੇ ਆ ਦਿਨ ਕਿਸੇ ਡੰਕੀ ਲਾ ਕੇ ਵਹਿਣਾ। ਡੰਕੀ ਲਾ ਕੇ ਵਹਿਣਾ ਅੱਜ ਤੋਂ 2013 ਤੋਂ ਲੈ ਕੇ 2020 ਤੱਕ ਬੜਾ ਆਸਾਨ ਆਈ। ਖਾਸ ਕਰੂ ਨਾ ਬੰਦੇ ਵਾਸਤੇ ਆਸਾਨ ਹੈ ਜਿਹੜੇ ਆਪਣੇ ਪਾਸਪੋਰਟ ਤੇ ইরਾਨੀ ਵੀਜ਼ਾ ਲਵਾ ਕੇ ਵਹਿੰਦੇ ਹਨ। ইরਾਨੀ ਵੀਜ਼ਾ ਲਵਾ ਕੇ ਜਿਹੜੇ ਬੰਦੇ ਵਹਿੰਦੇ ਹਨ ਮੈਂ ਕਿਉਂਕਿ ਮੈਂ ইরਾਨੀ ਵੀਜ਼ਾ ਲਵਾ ਕੇ ਮੈਨੂੰ ਪਤਾ ਹੈ ਜਿਹੜੇ ਬੰਦੇ ਬਗੈਰ ਵੀਜ਼ੇ ਤੋਂ ਵਹਿੰਦੇ ਹਨ ਇਰਾਨ ਦੇ ਤੋਂ ਉਹ ਹੈਥੀ ਡੰਕੀ ਲਾਂਦੇ ਹਨ। ਪਾਕਿਸਤਾਨ ਈਰਾਨ ਤੋਂ ਸਾਰੀ ਇਹ ਸਾਰਾ ਗਰਮ ਇਲਾਕਾ ਹੈ ਤਫਤਾਨ ਬਾਰਡਰ ਜਿਹੜਾ ਹੈ ਨਾ ਤਫਤਾਨ ਬਾਰਡਰ ਬਲੋਚਿਸਤਾਨ ਨਾਲ ਸਾਰ ਇਹ ਗਰਮ ਇਲਾਕੇ ਇਤਨੇ ਗਰਮ ਹੈ ਕਿ ਬੰਦੇ ਟੁਰਦੇ ਟੁਰਦੇ ਮਾਰ ਵੰਦੇ ਨੇ ਇਤਨਾ ਗਰਮ ਇਲਾਕੇ ਤੇ ਜਿਹੜੇ ਬੰਦੇ ਪਾਸਪੋਰਟ ਤੇ ਡੰਕੀ ਲਾਉਂਦੇ ਨੇ ਉਹ ਬਿਲਕੁਲ ਸੌਖੇ ਰਹਿੰਦੇ ਨੇ ਮੈਂ ਪਾਸਪੋਰਟ ਤੇ ਡੰਕੀ ਲਾਈ ਪਾਸਪੋਰਟ ਤੇ ਮੈਂ ਡੰਕੀ ਲਾਈ ਭਾਈ ਜੀ ਤਹਿਰਾਨ ਚ ਮੈਂ ਬੰਦੇ ਲਿਆ ਉਹਨਾਂ ਆਪਣੇ ਨਾਲ ਰੱਖੇ ਵਾ ਤੂੰ ਨਾ ਤਰਾ ਦੇ ਆਪਣੇ ਘਰ ਰੱਖਿਆ ਉਤੋਂ ਸਨ ਮਾਕੋ ਬਾਰਡਰ ਤੋਂ ਤੁਰਕੀ ਦੀ ਡੰਕੀ ਲਵਾਈ ਜਿਸ ਸੰ ਜਿਸ ਬੰਦੇ ਸੰ ਤੁਰਕੀ ਤੋਂ ਅਗਰ ਰਸੀਵ ਕੀਤੀ ਉਸਨ ਇਸਤੰਬੋਲ ਜਾ ਕੇ ਪੜਾਇਆ ਇਸਤੰਬੋਲ ਤਵਾ ਸਾਡੇ ਆਪਣੇ ਜਿਹੜੇ ਬੰਦੇ ਹਨ ਜਿਹਨ ਸਨ ਬੁਲਾਏ ਆਈ ਸਾਡੇ ਬਲਵਾਲ ਦੇ ਬੰਦੇ ਹਨ ਉਹਨਾਂ ਕੋਲ ਅਸੀਂ ਅਪੜੇ ਆਸ ਹੁਣ ਤੂੰ ਦੱਸਦਾ ਕਿ ਤੁਰਕੀ ਤੋ ਜਿਹੜੀ ਡੰਕੀ ਲੱਗਦੀ ਨਾ ਜਿਹੜੀ ਹੱਥੋਂ ਅਸਾ ਡੰਕੀ ਮਾਰੀ ਆਈ ਤੁਰਕੀ ਤੱਕ ਮੇਰੇ ਨਾਲ ਤੇ ਸੰਗੀ ਅੱਗਾ ਟੁਰ ਗਏ ਮੈਂ ਅੱਗਾ ਨਹੀਂ ਵੈਣਾ ਮੈਨੂੰ ਪਤਾ 8-10 ਸਾਲ ਪੇਪਰਾਂ ਲੱਗ ਵੈਣ ਮੈਨੂੰ ਕੁਝ ਬਸ ਭਜਾਈ ਮੈਂ ਜਿੱਦੀ ਵਜਤਨਾ ਆ ਗਿਆ ਹਸ ਦੌਰ ਦੇ ਵਿੱਚ 2022 ਦੇ ਵਿੱਚ ਕੋਈ ਬੰਦਾ ਵੀ ਤੁਰਕੀ ਦੀ ਡੰਕੀ ਨਾ ਮਾਰੇ ਇਹ ਮੇਰੇ ਅਲਫਾਜ਼ ਯਾਦ ਰੱਖੋ ਕਿ ਤੁਰਕੀ ਦੀ ਡੰਕੀ ਹੌਣ ਨਹੀਂ ਮਾਰਨੀ ਕਿਉਂਕਿ ਹੁਣ ਪਿੱਛੇ ਜਾ ਕੋਈ ਢੜੇ ਪਹਿਲੇ ਦਵਾਕਾ ਵੀ ਹੋਗੇ ਇਤਨੇ ਸਟ੍ਰਿਕਟ ਪੋਜੀਸ਼ਨ ਹੈ ਤੁਰਕੀ ਬਾਈ ਡੋੜ ਵੀ ਨਹੀਂ ਵਹਿਣਾ ਤੁਰਕੀ ਬਾਈ 에ਅਰ ਵੀ ਨਹੀਂ ਵਹਿਣਾ ਹੁਣ ਕੋਈ ਫਾਇਦਾ ਨਹੀਂ ਜੇ ਸਾਢੇ ਦੌਰਨ ਸਾ ਮੇਰੇ ਕੋਲ ਤਾਂ ਪੂਰਾ ਮੈਂ ਇਤਨਾ ਸਾਲ ਡੇਢ ਸਰ ਰਿਆਂ ਤੇ ਮੇਰੇ ਕੋਲ ਕਿਸੇ ਬੰਦੇ ਪੁੱਛੀ ਨਹੀਂ ਤੇਰੇ ਕੋਲ ਪਾਸਪੋਰਟ ਵੀ ਹੈ ਜਾਂ ਨਹੀਂ ਅਜੇ ਤੱਕ ਚੈਕਿੰਗ ਹੀ ਨਹੀਂ ਹੋਈ ਕਿਸੇ ਖਲਾਰਿਆ ਵੀ ਨਹੀਂ ਪੁਲਿਸ ਵਾਲੇ ਇਸ ਵਾਸਤੇ ਤੁਰਕੀ ਵੀ ਨਹੀਂ ਵੈਣਾ। ਅਗਰ ਤੁਸੀਂ ਯੂਰਪ ਵੈਣਾ ਤੁਹਾਨੂੰ ਪਹਿਲਾ ਤਰੀਕਾ ਦੱਸਿਆ ਪੀਸੀ ਪਾਸਪੋਰਟ ਦਾ। ਦੂਜਾ ਤਰੀਕਾ ਅੱਜ ਕੱਲ੍ਹ ਆਇਆ ਰូមਾਨੀਆ ਦੇ ਵੀਜ਼ੇ। ਉਹ ਵੀ ਯੂਰਪ ਹੈ। 5 ਤੋਂ 10 ਲੱਖ ਦੇ ਦਰਮਿਆਨ ਜਿੱਥੇ ਤੁਸੀਂ ਫਸ ਜਾਓ ਉਹ ਵੀਜ਼ਾ ਹੈ। ਬਾਈਰ ਤੁਸੀਂ ਵੈਣਾ ਲੀਗਲ ਵੈਣਾ ਤੁਹਾਡੇ ਕੋਲ 2 ਸਾਲ ਦਾ ਵਰਕ ਪਰਮਿਟ ਹੋਣਾ ਹੈ। ਤੁਸੀਂ ਉੱਥੇ ਲੈਂਡ ਕਰਨਾ ਲੈਂਡ ਕਰਨ ਤੋਂ ਬਾਅਦ ਉੱਥੇ ਤਰ੍ਹਾਂ ਕਿਸਮ ਦੀਆਂ ਡੰਕੀਆਂ ਰូមਾਨੀਆ ਦੇ ਅੰਦਰ ਬਾਈ ਰੋਡ ਬਾਈ ਟ੍ਰੇਨ ਬਾਈ ਕਾਰ ਪਰ ਤੁਸੀਂ ਗੱਡੀ ਤੇ ਜਾ ਸਕਦੇ ਹੋ ਟ੍ਰੇਨ ਤੇ ਵੀ ਜਾ ਸਕਦੇ ਹੋ ਪਿਛਲੇ ਰਾਹ ਵੀ ਪੈਦਲ ਵੀ ਕਰਾਂਗੇ ਆਦੋ ਐਂਜ ਵਾਰ ਤੇ ਆਦੋ ਐਸ ਪਿੰਡੋ ਵਾਰ ਹੈ ਹੀ ਵੀ ਲੈ ਕੇ ਆਣ ਉਹ ਜੈਨੂਨ ਡੰਕੀਆਂ ਕਿਉਂਕਿ ਅਗਰ ਤੁਸੀਂ ਉੱਥੋਂ ਫਦੀਨਦੇ ਵੀ ਹੋ ਤਾਂ ਸਵਾਪਸ ਰੋਮਾਨੀ ਹੋਣਾ ਕਿਉਂਕਿ ਰੋਮਾਨੀ ਤਾਂ ਤੁਹਾਡੇ ਕੋਲ 2 ਸਾਲ ਦਾ ਵੀਜ਼ਾ ਵੇ ਰੋਮਾਨੀ ਤੁਸੀਂ ਨਾ ਅੱਗੇ ਪਿੱਛੇ ਹੋ ਸਕਦੇ ਉਹ ਤੋਂ ਇਟਲੀ ਦੀ ਡੰਕੀ ਮਾਰਾਂਦੇ ਮੇਰੇ ਦੋ ਬੈਲੀ ਗਏ ਵੀ ਆ ਰੋਮਾਨੀਆ ਇੱਕ ਤਾਂ ਡੰਕੀ ਮਾਰ ਕੇ ਗਾ ਟੁਰ ਗਿਆ ਉਹਦਾ ਉੱਥੋਂ 4 ਲੱਖ ਰੁਪਈਆ ਲੱਗਾ 10 ਲੱਖ ਰੁਪਈਆ ਹੱਥੋਂ ਅੰਦਾਜ਼ਾ ਹੈ ਪੈਦਲ ਤੋਂ ਫਾਈਨ ਤੋਂ 7 ਦੇ ਦਰਮਿਆਨ ਕੰਮ ਹੋਵੰਦਾ 10 ਲੱਖ ਰੁਪਈਆ ਹੈ ਤੋ ਰੂਮਾਨੀਆਂ ਦਾ 4 ਲੱਖ ਅਗੇ 14 ਲੱਖ ਰੁਪਈਆ ਚ ਬੰਦਾ ਆਰਾਮ ਨਾਲ ਸੇਫਲੀ ਯੂਰਪ ਪਰ ਪੜਵੰਦਾ ਤੇ ਕੋਈ ਪਰੇਸ਼ਾਨੀ ਤੋਂ ਬਗੈਰ ਯਾਦ ਰੱਖੋ ਡੰਕੀਆਂ ਵੀ ਬੜੀਆਂ ਨਾ ਅਜੀਬ ਅਜੀਬ ਡੰਕੀਆਂ ਬੰਦੇ ਮਾਰੰਦੇ ਨੇ ਸਮਝ ਆਉਂਦੀ ਵੀ ਸਾਰੀ ਬਾਈ ਰੋਡ ਡੰਕੀ ਹੁੰਦੀ ਸਾਰੀ ਬਾਈ ਗੱਡੀ ਡੰਕੀ ਵੰਦੀ ਬਤੌਰ ਤੇ ਗੱਡੀ ਤੇ ਲੈ ਕੇ ਰਹਿਣਾ ਇੱਕ ਡੱਕੀ ਹੁੰਦੀ ਪੀਸੀ ਪਾਸਪੋਰਟ ਦੀ ਡੰਕੀ ਜਿਸ ਬੰਦੇ ਦਾ ਹੱਥ ਪਾਉਂਦਾ ਜਦੋਂ ਕੁਲਮਾਲ ਇੱਕ ਪੀਸੀ ਪਾਸਪੋਰਟ ਤੇ ਵੀ ਡੰਕੀ ਲੱਗਦੀ ਉਹ ਡੰਕੀ ਇੰਜ ਹੁੰਦੀ ਹੈ ਕਿ ਤੁਹਾਡੇ ਕੋਲ ਰੁਪਈਆ ਹੁਣ 25 ਤੋਂ 30 ਤੋਂ 35 ਲੱਖ ਰੁਪਈਆ ਇਸ ਵਕਤ ਯੂਰਪ ਦਾ ਹੈ ਜਿੱਥੇ ਜਿਹੜਾ ਫਸ ਜਾਵੇ ਉਹਦੇ ਚ ਇਹ ਹੁੰਦਾ ਵੇ ਕਿ ਤੁਸੀਂ ਹੱਥ ਵੈਣਾ ਦੁਬਈ ਟੋਰ ਜਾਓ ਤੁਸੀਂ ਤਹਿਰਾਨ ਟੋਰ ਜਾਓ ਤੁਸੀਂ ਉਹ ਤੋਂ ਕਿਸੇ ਤੀਜੇ ਮੁਲਕ ਐਸੇ ਲੈ ਕੇ ਵੈਸੀ ਨੇ ਜਿੱਥੇ ਜਿਸ ਬੰਦੇ ਦਾ ਪਾਸਪੋਰਟ ਹੈ ਨਾ ਉਹ ਉਸ ਬੰਦੇ ਲੈਂਡ ਕਰਨਾ ਮਤਲਬ ਇੱਕ ਗੋਰੇ ਹੀ ਸਮਝ ਕਰ ਲਓ ਕਿ ਗੋਰੇ ਦੇ ਪਾਸਪੋਰਟ ਉਸ ਲੈਂਡ ਕੀਤਾ ਵੇ ਦੁਬਈ ਚ ਕੀਤਾ ਸ ਇਰਾਨ ਚ ਕੀਤਾ ਸੌਦੀ ਕੀਤਾ ਜਿੱਥੇ ਵੀ ਕੀਤਾ ਉਸ ਉਤੇ ਲੈ ਕੇ ਰੈਸਟ ਕਰਨੀ ਤੁਹਾਡੇ ਨਾਲ ਤੋਂ ਪੀਸੀ ਪਾਸਪੋਰਟ ਬਣਨਾ ਸਾਰਾ ਕੁਝ ਵੇਚੀ ਰਹਿਣਾ ਸਿਰਫ ਤੁਹਾਡੀ ਤਸਵੀਰ ਵਿੱਚ ਲਗਵਣੀ ਇਹ ਡੰਕੀ ਪੀਸੀ ਪਾਸਪੋਰਟ ਦੀ ਇਹ ਕਈ ਸਾਡੇ ਬੇਲੀ ਬਰਾਜੜੇ ਹੁੰਦੇ ਨੇ ਨਾ ਯੂਏਈ ਚ ਹੁੰਦੇ ਨੇ ਦੁਬਈ ਅਰਬਾ ਮੁਲਕ ਜਿਹੜਿਆਂ ਨੂੰ ਇੰਝ ਹੀ ਵੰਦੇ ਨੇ ਪੀਸੀ ਪਾਸਪੋਰਟ ਦੀ ਡੰਕੀ ਤੇ ਵਿੱਚੋਂ ਕੁਝ ਮੇਰੇ ਭਾਈਆਂ ਮੇਰੇ ਕੋਲ ਮੇਰਾ ਨੰਬਰ ਵੀ ਮੰਗੇ ਆ ਕਿ ਤੁਸੀਂ ਆਪਣਾ ਨੰਬਰ ਦਿਓ ਅਸਾ ਵਹਿਣਾ ਹੈ ਮੇਰੇ ਭਾਈ ਮੇਰੇ ਨੰਬਰ ਦੇ ਤੋਂ ਕੋਈ ਫਾਇਦਾ ਨਹੀਂ ਤੁਸੀਂ ਜਿਹੜੀ ਚੀਜ਼ ਪੁੱਛਣੀ ਕਮੈਂਟ ਕਰੋ ਮੈਂ ਤੁਹਾਨੂੰ ਦੱਸਾਂ ਗਿਆ ਬਸ ਮੈਂ ਆਖਿਰ ਤੇ ਗੱਲ ਪਕਰਦਾ ਕਿ ਤੁਸੀਂ ਹੱਥੋਂ ਡੰਕੀ ਨਹੀਂ ਮਾਰਨੀ ਤੁਰਕੀ ਦੀ ਕੋਈ ਫਾਇਦਾ ਨਹੀਂ ਹੁਣ ਅੱਗੇ ਤੁਰਕੀ ਨਹੀਂ ਫੱਦਾ ਹੁਣ ਤੁਸੀਂ ਅਗਰ ਇਰਾਨ ਇਰਾਨ ਚ ਵੀ ਫਦੀ ਹੋ ਸਕਦੇ ਹੋ ਤੁਰਕੀ ਚ ਵੀ ਫਦੀ ਹੋ ਸਕਦੇ ਹੋ ਜਿਹੜਾ ਬੰਦਾ ਡੰਕੀ ਲਾਉਂਦਾ ਨੂੰ ਪਤਾ ਯੂਨਾਨ ਤੇ ਅੱਗੇ ਬੰਦਾ ਫਦੀਂਦਾ ਹੀ ਫਦੀਂਦਾ ਜ਼ਿੰਦਗੀ ਵਿੱਚ ਕਦੀ ਵੀ ਪਾਕਿਸਤਾਨ ਨੂੰ ਬਾਈ ਰੋਡ ਡੰਕੀ ਨਹੀਂ ਮਾਰਨੀ ਇਹ ਆਪਣੇ ਪੱਲੇ ਗੱਲਬਾਤ ਜ਼ਿੰਦਗੀ ਮੌਤ ਅੱਲਾਹ ਤਾਲਾ ਦੇ ਹੱਥ ਹੈ ਲੇਕਿਨ ਬਾਈ ਰੋਡ ਡੰਕੀ ਨਹੀਂ ਮਾਰਨੀ ਬਾਵੇਂ ਤੁਹਾਨੂੰ ਕੋਈ ਫ੍ਰੀ ਵੀ ਲੈ ਜਾਵੇ ਬੜੇ ਘੱਟ ਬੰਦੇ ਤੋੜ ਜਾ ਕੇ ਅਪੜਦੇ ਆ ਕਿਉਂਕਿ ਇਹ ਡੰਕੀ ਬੜੀ ਖਤਰਨਾਕ ਹੁੰਦੀ ਤੁਸੀਂ ਅਗਰ ਹੱਥੋਂ ਈਰਾਨ ਵੜ ਵੀ ਗਏ ਉਹਨਾਂ ਈਰਾਨੋਂ ਤੁਰਕੀ ਤੁਸੀਂ ਬੜੀ ਮੁਸ਼ਕਿਲ ਗੱਲ ਨਿਕਲਵਣਾ ਬੜੀ ਮੁਸ਼ਕਿਲ ਗੱਲ ਇੱਕ ਤਰੀਕਾ ਇਹ ਵੀ ਹੈ ਯੂਰਪੈਂਡ ਦਾ ਜਿਸ ਬੰਦੇ ਦਾ ਹੱਥ ਪਾਉਂਦਾ ਹੈ ਕਿਸੇ ਅਰਬੀ ਮੁਲਕ ਦੇ ਵਿੱਚ ਉਹ ਐਤੋਂ ਅਰਬੀ ਮੁਲਕ ਜਾਵੇ ਜਿਹਦੇ ਕੋਲ ਮਾਲ ਹੈ ਐਤੋਂ ਅਰਬੀ ਮੁਲਕ ਜਾਵੇ ਜਿਹੜਾ ਯੂਰਪ ਡਾਇਰੈਕਟ ਨਹੀਂ ਜਾ ਸਕਦਾ ਅਰਬੀ ਮੁਲਕ ਜਾ ਕੇ ਉੱਥੋਂ ਐਨਓਸੀ ਲਵੇ ਉਸ ਅਰਬੀ ਦੀ ਜਿਹਦੇ ਕੋਲ ਉਹ ਗਿਆ ਕਿ ਮੈਂ ਇੱਥੇ ਆਇਆ ਮੇਰਾ ਕੰਮ ਸੈੱਟ ਨਹੀਂ ਹੋਇਆ ਹਾਲਾਤ ਖਰਾਬ ਹਨ ਮੈਂ ਪਿੱਛੇ ਜਾ ਨਾ ਸਕਦਾ ਤੇ ਮੈਂ ਅੱਗੇ ਜਾਣ ਦੀ ਜੱਜ ਤੇ ਉਹ ਇੱਕ ਐਨੋਸੀ ਤੁਹਾਨੂੰ ਜਾਰੀ ਕਰਤੀ ਤੁਹਾਡੇ ਨਾਂ ਦੀ ਉਹ ਤਾਂ ਸਿੱਧੀ ਸੱਟ ਮਰਿਆ ਯੂਰਪ ਇਹ ਵੀ ਸਭ ਤੋਂ ਚੰਗਾ ਤਰੀਕਾ ਹੈ ਤੁਹਾਡੇ ਆਪਣੇ ਪਾਸਪੋਰਟ ਤੇ ਤੁਸੀਂ ਵੈਣਾ ਵੀਡੀਓ ਨੂੰ ਲਾਈਕ ਵੀ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਜੋ ਮਰਜ਼ੀ ਆ ਹੋ ਜਾਵੇ ਮੈਂ ਤਾਂ ਕੱਲ ਵੇਖੀ ਪਰਸੈਂਟੇਜ ਬੰਦੇ ਹੁੰਦੇ 70% 78% ਦੋ ਹੁੰਦੇ ਵੀਡੀਓ ਵੇਖ ਕੇ ਟੁਰਵੰਦ ਕੋਈ ਸਬਸਕ੍ਰਾਈਬ ਨਾ ਕਰਦੇ ਭੈਣੇ ਪੰਜਾਬੀ ਵਾਸਤੇ ਤੇ ਕਰੋ ਆਪਣਾ ਡੇਢਰ ਖਿਆਲ ਰੱਖਿਆ ਆਪਣੇ ਹਲਿਆਲ ਦਾ ਆਪਣੇ ہمسਾਇਆਂ ਦਾ ਰਿਸ਼ਤੇਦਾਰਾਂ ਦਾ ਰੱਬ ਰੱਖਾ ਖੁਰਮ ਸੋਲੇ ਆਪਣੀਆਂ ਦੁਆਵਾਂ ਵਿੱਚ ਯਾਦ ਰੱਖੇ